ਵੱਡਾ
ਦੁੱਖ ਜਾਂਦਾ ਦੂਸਰਾ ਆਉਂਦਾ, ਇੱਕ ਦੁੱਖ ਜਾਂਦਾ ਦੂਸਰਾ ਆਉਂਦਾ, ਤੇ ਕਈ ਵਾਰੀ ਉਹ ਦੁੱਖ ਇੰਨੇ ਨੇ ਕਿ ਦੁੱਖਾਂ ਦੇ ਨਾਲ ਉਹ ਸਰੀਰ ਹੀ ਚਲਾ ਜਾਂਦਾ। ਸਤਿਗੁਰ ਕਹਿੰਦੇ ਤੂੰ ਇਹ ਅਰਦਾਸ ਕਰ ਸਕੇ ਪਾਤਸ਼ਾਹ ਤੇਰੀ ਰਹਿਮਤ ਬਣੀ ਰਹੇ, ਤੇਰੀ ਰਹਿਮਤ ਦਾ ਮੀਂਹ ਵਰਸਦਾ ਰਹੇ, ਰਹਿਮ ਤੇਰੀ ਸੁਖ ਪਾਇਆ ਸਦਾ। ਇਹੀ ਅਰਦਾਸ ਹੈ ਮੇਰੇ ਗੁਰੂ ਨਾਨਕ ਦੀ, ਵੇਲੇ ਇਹ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਆਪਣੇ ਚਰਨਾਂ ਨਾਲ ਜੋੜੀ ਰੱਖੀ ਕਦੀ ਵਿਛੋੜੀ ਨਾ, ਤੇ ਰਹਿਮਤਾਂ ਦਾ ਮੀਂਹ ਵਰਸਾਏ ਫਿਰ ਵੇਖੋ ਕਦੀ ਦੁੱਖ ਤੇਰੇ ਨੇੜੇ ਨਹੀਂ ਆਵੇਗਾ, ਸਤਸੰਗਤ ਨਹੀਂ ਆਵੇਗਾ। ਆਓ ਕਰੀਏ ਸਾਰੇ ਮਿਲ ਕੇ ਅਰਦਾਸ ਇੱਕ ਵਾਰੀ, ਕੋਈ ਰਸਨਾ ਖਾਲੀ ਨਾ ਰਹੇ। ਸੁਖ ਪਾਇਆ ਸੁਖ ਪਾਇਆ ਰਹਿਮ ਤੇਰੀ, ਸੁਖ ਪਾਇਆ ਸਦਾ ਸੁਖ ਪਾਇਆ ਸੁਖ ਪਾਇਆ ਰਹਿਮ ਤੇਰੀ, ਸੁਖ ਪਾਇਆ ਸਦਾ ਨਾਨਕ ਨਮਸਕਾਰ।
Oh,
ਦਿੱਤੀ ਫਿਰ ਕੁਛ ਲਿਆ ਵੀ ਹੋ ਜਾਂ ਨਹੀਂ
ਸੀ ਕਿਉਂਕਿ ਜਿਹੜੀਆਂ ਗੁਆਂਢਣਾਂ ਸਨ ਮਰਦਾਨੇ ਦੇ ਘਰ ਦੀਆਂ ਉਹ ਮਰਦਾਨੇ ਦੀ ਘਰ ਵਾਲੇ ਨੂੰ ਬੜੀਆਂ ਮਿਹਣੇ ਦਿੰਦੀਆਂ ਸਨ, ਤਾਨੇ ਦਿੰਦੀਆਂ ਸਨ, ਕਹਿੰਦੀਆਂ ਸਨ ਤੇਰਾ ਘਰ ਵਾਲਾ ਜਿਹੜੇ ਬਾਬੇ ਨਾਲ ਗਿਆ ਉਹ ਆਪ ਤੇ ਫਿਰਦਾ ਪਿਆ, ਨਾ ਉਹਦੇ ਪੱਲੇ ਕੁਛ ਤੇ ਨਾ ਤੇਰੇ ਪੱਲੇ ਉਹਨੇ ਕੁਛ ਪਾਉਣਾ, ਆਖੋ ਧੰਨ ਗੁਰੂ ਨਾਨਕ ਕਹਿੰਦਾ ਨਹੀਂ ਕਰਮਾ ਵਾਲੀ ਇੰਜ ਨਾ ਜੋ ਗੁਰੂ ਨਾਨਕ ਨੇ ਮੈਨੂੰ ਦਿੱਤਾ ਹੈ ਨਾ ਉਹ ਕਿਸੇ ਨੂੰ ਨਹੀਂ ਦਿੱਤਾ, ਕਿਸੇ ਨੂੰ ਨਹੀਂ ਦਿੱਤਾ। ਜ਼ਰਾ ਜ਼ੋਰ ਦੀ ਆਖੋ ਕਹਿੰਦਾ ਧੰਨ ਗੁਰੂ ਨਾਨਕ, ਨਹੀਂ ਸੰਗਤ ਬੜੀ ਹੈ, ਆਖੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਬਲਿਆਰ ਜਾ ਹੁਣ ਘਰਵਾਲੀ ਪਤਾ ਕੀ ਕਹਿੰਦੀ, ਆਂਦੀ ਕਿੰਨਾ ਚੰਗਾ ਹੋ ਗਿਆ ਤੁਸੀਂ ਆਪ ਹੀ ਦੱਸਿਆ ਕਿ ਬਾਬਾ ਝੁੱਗੀਆਂ ਜੀ ਜਾਂਦਾ ਸੀ, ਝੋਪੜੀਆਂ ਜੀ ਜਾਂਦਾ ਸੀ, ਮਹਿਲਾਂ ਵੱਲ ਬਾਬਾ ਜੀ ਨਹੀਂ ਗਏ। ਇੱਕ ਵਾਰੀ ਮਰਦਾਨੇ ਨੇ ਆਖਿਆ ਸੀ ਬਾਬਾ ਜੀ ਬੜਾ ਸਫ਼ਰ ਹੋ ਗਿਆ ਥੱਕ ਗਏ, ਇਹ ਸਾਹਮਣੇ ਇੰਝ ਜਾਪਦਾ ਪਿਆ ਕੋਈ ਮਹਿਲ ਆ ਰਿਹਾ ਕਿ ਜੇ ਆਪਾਂ ਰਾਤ ਇੱਥੇ ਬਿਤਾ ਲਈਏ ਤਾਂ ਇੰਨੀ ਚੰਗੀ ਗੱਲ ਹੋਏਗੀ, ਕਿੱਡੇ ਕਿੱਡੇ ਉੱਚੇ ਮੀਨਾਰ ਹੈਗੇ ਨੇ। ਮੇਰੇ ਬਾਬਾ ਜੀ ਕਹਿੰਦੇ ਨੇ ਮਰਦਾਨਿਆਂ ਉਹਨਾਂ ਮੀਨਾਰਾਂ ਵੱਲ ਨਾ ਵੇਖ, ਉਹ ਅੰਦਰੋਂ ਖਾਲੀ ਨੇ। ਬੋਲੋ ਸ੍ਰੀ, ਗੱਲ ਸਮਝ ਲੈ, ਉੱਚੀਆਂ ਮੀਨਾਰਾਂ, ਉੱਚੀ ਦੁਨੀਆ, ਉੱਚੇ ਲੋਕ, ਅੰਦਰੋਂ ਖਾਲੀ ਹੁੰਦੇ ਨੇ। ਮੀਰਾਨਾ ਵੱਲ ਨਾ ਵੇਖ, ਉਹ ਖਾਲੀ। ਤੇ ਬਾਬਾ ਜੀ ਮੀਨਾਰਾਂ ਛੱਡ ਕੇ ਫਿਰ ਗਏ ਕਿੱਥੇ, ਲਾਲੋ ਦੇ ਘਰ ਜਾ ਵੜੇ। ਬੋਲੋ ਸ੍ਰੀ, ਆਖੋ ਧੰਨ ਗੁਰੂ ਨਾਨਕ, ਇਹ ਉਹਦੀ ਵਡਿਆਈ ਹੈ। ਘਰਵਾਲੀ ਕਹਿੰਦੀ ਮਰਦਾਨਿਆਂ ਦੀ, ਮਰਦਾਨਿਆਂ ਇੰਜ ਕਰ ਕਿੰਨਾ ਚੰਗਾ ਹੋਵੇ, ਤੂੰ ਆਪ ਹੀ ਕਹਿੰਦਾ ਕਿ ਬਾਬਾ ਹਮੇਸ਼ਾ ਗਰੀਬਾਂ ਦੇ ਘਰ ਗਿਆ, ਝੋਪੜੀਆਂ ਵੱਲ ਗਿਆ, ਮਹਿਲਾਂ ਵੱਲ ਤੇ ਗਿਆ ਹੀ ਨਹੀਂ, ਤੇ ਕਿੰਨਾ ਚੰਗਾ ਹੋਵੇ ਕਿ ਮੈਂ ਲੰਗਰ ਤਿਆਰ ਕਰਨੀ ਆ, ਤੂੰ ਬਾਬੇ ਨੂੰ ਸੱਦ ਲਿਆ, ਬਾਬਾ ਸਾਡੇ ਘਰ ਆ ਕੇ ਲੰਗਰ ਛਕੇ। ਬੋਲੋ ਸ੍ਰੀ, ਧੰਨ ਗੁਰੂ ਨਾਨਕ, 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 ਮਰਦਾਨਾ ਕਹਿੰਦਾ ਤੂੰ ਭੋਜਨ ਤਿਆਰ ਕਰ, ਮੈਂ ਬਾਬੇ ਨੂੰ ਸੱਦ ਲਿਆ। ਬਸ ਇਹ ਵਚਨ ਹੁਣ ਤੁਸੀਂ ਧਿਆਨ ਨਾਲ ਸੁਣ, ਮਰਦਾਨਾ ਤੁਰ ਪਿਆ ਬਾਬਾ ਜੀ ਨੂੰ ਲੈਣ ਵਾਸਤੇ। ਜਦੋਂ ਅੱਧੇ ਕੁ ਰਾਹ ਪਹੁੰਚਿਆ ਨਾ ਤੇ ਮੇਰੇ ਸਤਿਗੁਰ ਅੱਗੋਂ ਆ ਰਹੇ ਸੀ,
ਆਖੋ ਧੰਨ ਗੁਰੂ ਨਾਨਕ। ਮਰਦਾਨਾ ਵੀ ਆਉਂਦੇ ਬਾਬਾ ਜੀ ਤੇ ਇੱਧਰ ਪਏ ਆਉਂਦੇ ਨੇ, ਇੱਧਰ ਤੇ ਕਦੀ ਆਏ ਨਹੀਂ। ਅੱਜ ਬਾਬਾ ਜੀ ਇੱਧਰ ਕਿੱਧਰ ਆ ਰਹੇ? ਮਰਦਾਨਾ ਜਦੋਂ ਬਾਬਾ ਜੀ ਨੇੜੇ ਆਏ, ਮਰਦਾਨਾ ਕੋਲ ਪਹੁੰਚਿਆ ਤੇ ਚਰਨਾਂ ਤੇ ਮੱਥਾ ਟੇਕਿਆ। ਬਾਬਾ ਜੀ ਨੇ ਜਦੋਂ ਪਿਆਰ ਭਰੀ ਨਿਗਾਹ ਮਰਦਾਨੇ ਤੇ ਕੀਤੀ, ਮਰਦਾਨਾ ਪੁੱਛਦਾ ਹੈ, ਬਾਬਾ ਜੀ ਤੁਸੀਂ ਕਿੱਧਰ? ਬਾਬਾ ਜੀ ਤੁਸੀਂ ਕਿੱਧਰ? ਗੁਰੂ ਨਾਨਕ ਪੁੱਛਦੇ ਨੇ, ਮਰਦਾਨਿਆ ਤੂੰ ਕਿੱਧਰ? ਫਿਰ ਮਰਦਾਨਾ ਪੁੱਛਦਾ ਹੈ, ਬਾਬਾ ਜੀ ਤੁਸੀਂ ਕਿਹੜੇ ਵੱਲ? ਤੇ ਮਰਦਾਨਾ ਮੇਰੇ ਬਾਬਾ ਜੀ ਕਹਿੰਦੇ ਨੇ, ਮਰਦਾਨਿਆ ਮੈਂ ਸੱਕੇ ਜਾਵਾਂ, ਮੈਂ ਤੇਰੇ ਵੱਲ ਗੁਰੂ ਸ੍ਰੀ ਜੀ ਆਖੋ ਧੰਨ ਕਰਨਾ। ਜੇ ਕੋਈ ਗੁਰੂ ਨੂੰ ਯਾਦ ਵੀ ਤਾਂ ਕਰੇ, ਗੁਰੂ ਤੇ ਹਰ ਵੇਲੇ ਸਾਡਾ ਬੂਆ ਗੜਗਾਉਂਦਾ। ਬਾਬਾ ਜੀ ਤੁਸੀਂ ਕਿੱਧਰ? ਮਰਦਾਨਿਆ ਤੂੰ ਕਿੱਧਰ? ਬਾਬਾ ਜੀ ਮੈਂ ਤੁਹਾਡੇ ਵੱਲ। ਮਰਦਾਨਿਆ ਸੱਚੇ ਹੋਵਾਂ, ਮੈਂ ਤੇਰੇ ਵੱਲ। ਟਾਈਮ ਮਾਰ ਕੇ ਰੋ ਪਿਆ ਮਰਦਾਨਾ, ਚਰਨਾਂ ਤੇ ਮਸਤਕ ਟਿਕਾਇਆ, ਤੂੰ ਹੰਝੂਆਂ ਨਾਲ ਸਤਿਗੁਰ ਦੇ ਚਰਨ ਤੁਰਦੇ ਗਏ। ਮੇਰੇ ਬਾਬਾ ਜੀ ਨੇ ਦੋਵੇਂ ਬਾਹਾਂ ਫੜ ਕੇ ਨਾ ਮਰਦਾਨੇ ਨੇ ਉਠਾਇਆ, ਆਪਣੇ ਗਲ ਦੇ ਨਾਲ ਲਾਇਆ। ਮਰਦਾਨਿਆ ਨਿਹਾਲ ਹੋਇਆ, ਸੱਚੇ ਜਾਵਾਂ ਤੇਰੇ ਪਿਆਰ ਤੋਂ, ਕੁਰਬਾਨ ਜਾਵਾਂ ਤੇਰੇ ਪਿਆਰ ਤੋਂ। ਮਰਦਾਨਿਆ ਡਾਢੀ ਭੁੱਖ ਲੱਗੀ, ਚੱਲ ਲੰਗਰ ਛਕੀਏ, ਬੋਲੋ ਸ੍ਰੀ। ਸੁਣੀ ਅਰਦਾਸ, ਸੁਆਮੀ ਮੇਰੇ ਸਰਵ ਕਲਾ ਬਣ ਆਈ, ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਦੀ ਇਹ ਗੁਰੂ ਨਾਨਕ ਦੀ ਵਡਿਆਈ ਹੈ ਸਤਸੰਗ। ਇਸ ਤੋਂ ਵੱਡੀ ਵਡਿਆਈ ਹੋਰ ਕੋਈ ਨਹੀਂ। ਜੇ ਭਾਈ ਲਾਲੋ ਨੇ ਸੱਦਾ ਦਿੱਤਾ ਤੇ ਗੁਰੂ ਨਾਨਕ ਪਹੁੰਚ ਕੇ ਭੂਆ ਕੁੰਡਾ ਖੜਕਾਇਆ, ਲਾਲੋ ਸਤ ਕਰਤਾਰ। ਲਾਲੋ ਕੁੰਡਾ ਖੋਲਦਾ ਕਿ ਮੈਂ ਤੇ ਹੁਣੇ ਯਾਦ ਕੀਤਾ ਸੀ ਬਾਬਾ ਜੀ, ਤੇ ਪੁੱਛਦਾ ਬਾਬਾ ਜੀ ਤੁਸੀਂ ਨੇੜੇ? ਤੇ ਮੇਰੇ ਬਾਬਾ ਜੀ ਕਹਿੰਦੇ ਨੇ, ਲਾਲੋ ਅਸੀਂ ਭਾਵੇਂ ਨੇੜੇ ਹੋਈਏ ਭਾਵੇਂ ਦੂਰ ਹੋਈਏ, ਪਰ ਮੈਂ ਆਪਣੇ ਸਿੱਖ ਦੇ ਹਰ ਵੇਲੇ ਨੇੜੇ ਹਾਂ। ਬੋਲੋ ਸ੍ਰੀ। ਪਰ ਮੈਨੂੰ ਕੋਈ ਯਾਦ ਨਹੀਂ ਤੇ ਕਰੇ ਮੈਨੂੰ ਬਾਬੀ।
ਸਮੇਂ ਦੀ ਉਲੰਘਣਾ ਨਹੀਂ ਕਰਦਾ। ਮੇਰੇ ਵੀਰ ਪ੍ਰਜੋਤ ਸਿੰਘ ਜੀ ਫਿਰ ਹੁਕਮ ਕਰਕੇ ਨੇ ਅਖੀਰਲੀਆਂ ਪੰਕਤੀਆਂ ਪੜ੍ਹ ਲਈਏ, ਸਾਰੇ ਜੁੜ ਜਾਈਏ। ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ, ਸਾਰੇ ਜਪੋ। ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ। ਅਰਦਾਸ ਕਰੀ ਸੋਲਾ ਗੇ ਪਗਤ ਤੁਹਾਰਾ ਸੋਈ।
ਸਚਿਆਰ ਸਾਹਿਬ ਉਹਨਾਂ ਨਾਲ ਇਹ ਤਬਲਾ ਵਜਾਉਣ ਆਏ ਸੀ। ਪਤਾ ਨਹੀਂ ਕਿੰਨਾ ਅਰਸਾ ਬੀਤ ਗਿਆ, ਉਹੀ ਬਖਸ਼ਾ ਗਿਆਨੀ ਜੀ ਦਾ ਪਿਆਰ ਸਾਨੂੰ ਕਿੱਥੇ ਕਿੱਥੇ ਲੈ ਆਈ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਨੂੰ ਕਿੱਥੇ ਕਿੱਥੇ ਲੈ ਆਏ ਨੇ। ਅਸੀਂ ਨਾਚੀਜ਼ ਸਾਂ, ਅਸੀਂ ਸਾਨੂੰ ਕਿਉਂ ਪੁੱਛਣ ਵਾਲੇ ਨੇ, ਪਰ ਗੁਰੂ ਦੀ ਬਾਣੀ ਹੈ, ਇਹ ਬਾਣੀ ਦਾ ਸਤਿਕਾਰ ਅਸੀਂ ਤੁਹਾਡੇ ਦਰਸ਼ਨ ਕਰਦੇ ਥੇ, ਨਹੀਂ ਤਾਂ ਸਾਡੀ ਕੀ ਔਕਾਤ ਹੈ। ਅਸੀਂ ਕੁਛ ਵੀ ਨਹੀਂ, ਜਦ ਤੱਕ ਗੁਰੂ ਗ੍ਰੰਥ ਸਾਹਿਬ ਦਾ ਹੱਥ ਸਾਡੇ ਤੇ ਨਹੀਂ, ਅਸੀਂ ਕੁਛ ਨਹੀਂ। ਬਸ ਇਹੀ ਅਰਦਾਸ ਕਰਿਆ ਸਾਹਿਬ ਜੀ, ਨਾ ਵਿਛੜੀ ਨਾ ਵਿਸਾਣੀ, ਨਾ ਵਿਸਰੀ ਨਾ ਵਿਸਾਰੀ, ਨਾ ਭੁੱਲੀ
ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਰਹਿਣਾ ਸਤਸੰਗ ਬਸ ਇਸ ਤੋਂ ਪਰੇ ਹੋਰ ਸੰਸਾਰ ਵਿੱਚ ਕੋਈ ਚੀਜ਼ ਨਹੀਂ ਸਭ ਤੋਂ ਵੱਡਾ ਸਤਿਗੁਰੂ ਜਿਨ ਕੱਲ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਰਹੋਗੇ ਅਤੇ ਉਹਦੇ ਨਾਲ ਜੁੜ ਜਾਓਗੇ ਨਹੀਂ ਤਾਂ ਤੋੜਨ ਵਾਲੇ ਤਾਂ ਸੰਸਾਰ 'ਚ ਬੜੇ ਬਿਖਰਦੇ ਨੇ ਅਸੀਂ ਉਹਨਾਂ ਕੋਲੋਂ ਬਚਣਾ ਬਸ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਇਹਦਾ ਲੜ ਨਹੀਂ ਅਤੇ ਗੁਰੂ ਨੇ ਜਦੋਂ ਫਿਰ ਬਾਂਹ ਫੜ ਲਈ ਨਾ ਅਤੇ ਜਦੋਂ ਗੁਰੂ ਇੱਕ ਵਾਰੀ ਬਾਂਹ ਫੜ ਲਵੇ ਤਾਂ ਫਿਰ ਬਾਂਹ ਛੱਡਦਾ ਨਹੀਂ ਬਾਂਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੇ ਮੈਂ ਇੱਕ ਵਾਰੀ ਫਿਰ ਆਪ ਸਾਰਿਆਂ ਦਾ ਬਹੁਤ 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 ਰਿਣੀ ਹਾਂ ਧੰਨਵਾਦੀ ਹਾਂ 7 ਸਾਲ ਪਹਿਲੇ ਇੱਕ ਟੂਰ 'ਤੇ ਆਏ ਸੀ ਅਸੀਂ ਕੁਛ ਗੁਰੂ ਘਰਾਂ ਵਿੱਚ ਅਸੀਂ ਹਾਜ਼ਰੀਆਂ ਭਰੀਆਂ ਸਨ ਫਿਰ ਇੱਥੇ ਗੁਰੂ ਨਾਨਕ ਨੇ ਕਿਰਪਾ ਕੀਤੀ ਮੇਰੇ ਸਾਰੇ ਹੀ ਸਤਿਕਾਰਯੋਗ ਵੀਰ ਟੀਮ ਦੇ ਮੈਂਬਰ ਪਰ ਬੜੇ ਫੋਨ ਕੀਤੇ ਇਹਨਾਂ ਨੇ ਬੜੇ ਹੀ ਫੋਨ ਕੀਤੇ ਕਦੀ ਹਾਂ ਕਦੀ ਨਾ ਕਦੀ ਹਾਂ ਕਦੀ ਨਾ ਪਰ ਅੰਜਲ ਗੁਰੂ ਨੇ ਲਿਖਿਆ ਸੀ ਤੁਹਾਡੇ ਦਰਸ਼ਨ ਲਿਖੇ ਸਨ ਤੁਹਾਡਾ ਪਿਆਰ ਸਾਡੇ ਨਾਮ ਨਾਲ ਰਿਹਾ ਅਤੇ ਤੁਹਾਡੇ ਦਰਸ਼ਨ ਹੋ ਗਏ ਮੈਂ ਫਿਰ ਰਿਣੀ ਹਾਂ ਆਪ ਸਾਰਿਆਂ ਦਾ ਅਤੇ ਬਹੁਤ ਰਿਣੀ ਹਾਂ ਬਹੁਤ ਰਿਣੀ ਹਾਂ ਗੁਰੂ ਕਰਕੇ ਹਰਿਮੰਦਰ ਸਾਹਿਬ ਦੇ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਮੇਰਾ ਸਾਰਾ ਪਰਿਵਾਰ ਜਦੋਂ ਮੇਰੇ ਰਾਜ ਸਾਹਿਬ ਦਾ ਪਾਠ ਕਰਦੇ ਹਨ ਉਹ ਕਹਿੰਦੇ ਨੇ ਬਹੁਤ ਆਨੰਦ ਆਇਆ ਬੜੇ ਪਿਆਰ ਵਿੱਚ ਬਾਣੀ ਬਾਣੀ ਬਹੁਤ ਪਿਆਰ ਜਦੋਂ ਮੇਰੇ ਰਾਜ ਸਾਹਿਬ ਹਰਿਮੰਦਰ ਸਾਹਿਬ ਤੋਂ ਆਰੰਭ ਹੁੰਦੀ ਅਤੇ ਸਾਰੇ ਲਾਂਡੇ ਨੇ ਚੈਨ ਵੀ ਭਾਈ ਸਾਹਿਬ ਅੱਜ ਨਹੀਂ ਆਏ ਸਿੰਘ ਸਾਹਿਬ ਅੱਜ ਅਸੀਂ ਉਡੀਕਦੇ ਰਹਿੰਦੇ ਹਾਂ ਮਹਾਰਾਜ ਜੀ ਆਪ ਜੀ ਬਹੁਤ ਧੰਨਵਾਦ ਸਿੰਘ ਸਾਹਿਬ ਯਾਨੀ ਰਣਬੀਰ ਸਿੰਘ ਜੀ ਅਕਾਲ ਤਖ਼ਤ ਸਾਹਿਬ ਜਥੇਦਾਰ ਸਾਹਿਬ ਉਹਨਾਂ ਵੀ ਆ ਕੇ ਇੱਥੇ ਸ਼ਿਰਕਤ ਕੀਤੀ ਬਖਸ਼ਿਸ਼ ਕੀਤੀ ਨਿਵਾਜਿਆ ਸਿੰਘ ਸਵਾਹਿਬ ਗੁਰੂ ਘਰ ਦੇ ਪੰਜ ਪਿਆਰੇ ਸਾਹਿਬਾਨ ਉਹਨਾਂ ਵੀ ਆਏ ਜਿਹਨਾਂ ਅੰਮ੍ਰਿਤ ਪਟਲਾਕਿਆ ਨੇ ਅੰਮ੍ਰਿਤ ਛਕਿਆ ਗੁਰੂ ਵਾਲੇ ਬਣ ਗਏ ਨੇ ਭਾਗਾਂ ਵਾਲੇ ਸੁਰ ਨਾਲ ਮੁੰਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਬਖਸ਼ਾ ਨੇ ਗੁਰੂ ਦੀ ਭਾਗਾਂ ਵਾਲੇ ਹੋ ਭਾਈ ਜਿਹਨਾਂ ਨੇ ਅੰਮ੍ਰਿਤ ਦੀ ਦਾਤ ਲਈ ਆਓ ਜੀ ਸਾਰੇ ਹਰ ਯੁਗ ਯੁਗ ਭਗਤ ਆਇਆ ਅਜ ਰੱਖਦਾ ਆਇਆ
ਜਾਤ ਮਹਿ ਜੋਤ ਮਿਟ ਮਹਿ ਜਾਤਾ ਬੰਤਰਾ ਭਰਪੂਰ ਹਿਆ ਤੂੰ ਸੱਚਾ ਸਾਹਿਬ ਸਿਫਤ ਸੁਵਲਿਆ ਜਿਨ ਕੀਤੀ ਸੋ ਪਾਰ ਪਿਆ ਫਤਿਹ।